ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ, ਪਿੰਡ ਮਾਛੀਕੇ ਨਿਹਾਲ ਸਿੰਘ ਵਾਲਾ ਤਹਿਸੀਲ ਅਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ। ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਆਉਂਦਾ, ਨਿਹਾਲ ਸਿੰਘ ਵਾਲਾ ਵੀ ਇਹਦੇ ਨੇੜ ਹੈ ਅਤੇ ਇਹ ਤੋਂ ਬਿਨਾਂ ਭਾਗੀ ਕੇ ਪਿੰਡ ਬਿਲਕੁਲ ਨਾਲ ਰਹਿ ਜਾਂਦਾ। ਬਿਲਾਸਪੁਰ ਹਾਈਵੇ ਦੇ ਉੱਤੇ ਆਉਂਦਾ, ਇੱਦੂ ਪਿਛਲਾ ਪਿੰਡ ਮੋਗੇ ਵਾਲੀ ਸਾਈਡ 'ਤੇ। ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਹਾਂ, ਬਾਈ ਵਪਾਰ ਦਾ ਕੰਮ ਕਰਦਾ ਅਤੇ ਇਹਦੇ ਕੋਲ ਜਿਹੜੀਆਂ ਆਪਾਂ ਇੱਥੇ ਵੀਡੀਓ ਬਣਾਉਣੇ ਉਹਦੇ ਤੁਹਾਨੂੰ ਜ਼ਿਆਦਾਤਰ ਜਰਸੀ ਅਤੇ ਜਾਂ ਮੱਝ ਦੀ ਵੀਡੀਓ ਦਿਖਾਉਣੇ ਆ। ਮੱਝਾਂ ਆਉਂਦੀਆਂ ਜਾਂ ਜਰਸੀ ਗਾਂ, ਅਤੇ ਐਚ ਐਫ ਗਾਵਾਂ ਦੂਜੇ ਘਰ ਹੁੰਦੀਆਂ। ਮਤਲਬ ਦੋ ਬ੍ਰਦਰ ਹੈ ਜਿਹੜੇ ਵੀਰੇ ਵਪਾਰ ਦਾ ਕੰਮ ਕਰਦੇ ਆ। ਅੱਜ ਦੀ ਵੀਡੀਓ ਦੇ ਦੋ ਨਾਗਾ ਦੱਸੋ, ਜਿਹਦੇ 'ਚ ਇੱਕ ਜੈੱਡ ਬਲੈਕ ਦਿਸਦੀ ਝੋਟੀ, ਤਾਜ਼ੀ ਸੂਈ ਵੀ ਬੱਚਾ ਇਹਦੇ ਨਾਲ ਕੱਟੀ ਹੈ। ਇਹ ਤੋਂ ਬਿਨਾਂ ਇੱਕ ਬੂਰੀ ਮੱਝ, ਢਾਂਚੇ ਦੀ ਸੋਹਣੀ ਮੱਝ ਤੁਹਾਨੂੰ ਦਿਖਾਉਣ ਲੱਗਾ। ਦੱਸੋ, ਤੁਸੀਂ ਵੇਖੋਗੇ ਹੈਵੀ ਵੇਟ ਹੈ, ਸਟਰਕਚਰ ਇੱਦਾਂ ਦਾ ਹੈ ਵੀ ਨੀਲੀ ਰਾਵੀ ਨਸਲ ਦਾ ਸੀਮਨ ਲਵਾ ਦਿਓਗੇ ਤਾਂ ਬੱਚਾ ਸੋਹਣਾ ਦੇ ਦੂਗੀ। ਨੀਲੀ ਰਾਵੀ ਦੇ ਵਿੱਚ ਇਹ ਨਹੀਂ ਪਤਾ ਵੀ ਬੱਚਾ ਬਲੈਕ ਹੋਊਗਾ ਜਾਂ ਇਹਦੇ ਵਾਂਗੂ ਹੀ ਗੋਲਡਨ ਹੋਊਗਾ, ਬੂਰਾ ਹੋਊਗਾ। ਸੋ ਆਪਾਂ ਦੱਸੋ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਵੀਡੀਓ ਨੈਣ ਤੱਕ ਦੇਖ ਲਿਓ, ਨਗ ਦੋ ਹੈ, ਤਸੱਲੀ ਤੁਸੀਂ ਕਰੋਗੇ। ਵੀਡੀਓ ਦੇ ਵਿੱਚ ਥਣਾਂ ਦੇ ਵਿੱਚੋਂ ਨਿਕਲਦੀਆਂ ਧਾਰਾਂ ਤੁਹਾਨੂੰ ਦਿਖਾ ਦੂੰਗਾ, ਪਰ ਹਰੇਕ ਵੀਡੀਓ ਵਾਂਗ ਇਹਦੇ 'ਚ ਵੀ ਬੇਨਤੀ ਹੈ ਵੀ ਦੁੱਧ ਜਿੰਨਾ ਬਾਈ ਦੱਸੂਗਾ, ਦੋ ਟਾਈਮ ਚੋਲਿਓ, ਤਿੰਨ ਟਾਈਮ ਚੋਲਿਓ, ਤੁਹਾਡੀ ਹਿੰਮਤ ਹੈ। ਜੇ ਨਹੀਂ ਤੁਸੀਂ ਇੱਦਾਂ ਹਿੰਮਤ ਕਰ ਸਕਦੇ ਤਾਂ ਫਿਰ ਬਾਅਦ 'ਚ ਲਾਂਭਾ ਨਾ ਦਿਆ ਕਰੋ, ਜੇ ਕਈ ਵਾਰ ਪਸ਼ੂ 19-21 ਫਰਕ ਪਾ ਜੇ ਘਰ ਆ ਕੇ, ਕਿਉਂਕਿ ਇਹਨਾਂ ਦੀ ਸਾਂਭ ਸੰਭਾਲ ਦਾ ਫਰਕ ਪੈਂਦਾ ਹੈ। ਕਈ ਵਾਰ ਕੋਈ ਵੀਰ ਵੱਧ ਕੇਅਰ ਕਰ ਲੈਂਦਾ, ਉਹ ਜ਼ਿਆਦਾ ਚੋ ਲੈਂਦਾ, ਅਤੇ ਕੁਛ ਕੁ ਵੀਰ ਖਰੀਦਣ ਦਾ ਸ਼ੌਂਕ ਰੱਖਦੇ ਆ ਪਰ ਕੇਅਰ ਘੱਟ ਜਾਂਦੀ ਹੈ, ਉਦੋਂ ਪਸ਼ੂ ਡਾਊਨ ਵੀ ਆ ਸਕਦਾ ਹੁੰਦਾ। ਆਓ ਸ਼ੁਰੂਆਤ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰਦੇ ਹਾਂ। ਬਲਵਿੰਦਰ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜਗਜੀਤ। ਬਲਵਿੰਦਰ, ਅੱਜ ਦੋ ਮੱਝਾਂ ਦਿਖਾ ਰਹੇ ਹਾਂ। ਹਾਂ ਬਾਈ, ਦੋ ਮੱਝਾਂ ਅੱਜ। ਮੇਰੇ ਖਿਆਲ 'ਚ ਮਹੀਨਾ ਹੋ ਗਿਆ ਵੀਡੀਓ ਬਣੀ ਨੂੰ, ਹਨਾ? ਇੱਕ ਦੋ ਵਾਰੀ ਤਾਂ ਆਪਣਾ ਨੀ ਚਾਂਸ ਬਣਿਆ ਤੇ ਕੁਛ ਮੱਝਾਂ ਵਿਕ ਜਾਂਦੀਆਂ ਹੈਗੀਆਂ ਆਪਣੀ ਵੀਡੀਓ ਕਰਕੇ ਆਈ ਜਾਂਦੇ ਆ, ਪੁਰਾਣੀ ਵੀਡੀਓ ਦੇਖੀ ਜਾਂਦੇ ਆ, ਉਹਦਾ ਕਰਕੇ ਫੋਨ ਫਾਨ ਆ ਜਾਂਦੇ ਆ ਜੀ। ਰੂਟੀਨ 'ਚ ਪਸ਼ੂ ਆਈ ਜਾਂਦੇ? ਹਾਂ, ਪਸ਼ੂ ਬਾਈ ਡੇਲੀ ਆਈ ਜਾਂਦੇ। ਕਿੰਨਵਾਂ ਸੂਆ ਪਹਿਲੇ ਨੰਬਰ 'ਚ? ਇਹ ਬਾਈ ਜਗਜੀਤ ਦੂਜਾ ਸੂਆ, ਮੂੰਹ 'ਚੋਂ 6 ਦੰਦ ਆ, ਮਗਰ ਇਹਦੇ ਕੱਟੀ ਅੱਜ 5 ਦਿਨਾਂ ਦੀ ਸੂਈ ਵਿਆਹ। ਇਹਦੇ ਥੱਲੇ ਮੰਨ ਕੇ ਚੱਲ ਪਾ 11 ਕਿਲੋ ਬੋਲਾ ਹੋਊਗਾ, 10 ਮੰਨ ਕੇ ਲੈ ਜੇ ਕੋਈ ਬੀਬੀ, 10 ਦੀ ਤਾਂ ਗਰੰਟੀ ਤੇ ਲੈ ਜੇ। ਚਲੋ, ਕੀ ਰੇਟ ਰਹੇਗਾ? ਰੇਟ ਬਾਈ ਇਹਦਾ ਦੇਣ ਲੈਣ ਜਾ ਬਸ 86,000 ਦੀ ਦੇਣੀ ਹੋਈ ਆ। ਦੋਨੇ ਮੱਝਾਂ ਦੇ ਕੋਈ ਮੁੱਲ ਨਹੀਂ ਬਾਲੇ ਹੋਣਗੇ, ਸੌਦੇ ਵਾਲਾ ਕੰਮ ਨਹੀਂ, ਬਸ ਛੋੜ ਛੱਪੇ ਵਾਲੇ ਮਾਨਤਾ ਨਹੀਂ ਹੋਣਗੇ। ਖੋਲ ਲੈ। ਸੋ ਦੱਸੋ, 86,000 ਰੇਟ ਹੈ ਅਤੇ ਜੈੱਡ ਬਲੈਕ ਇਹ ਝੋਟੀ, ਸੂਆ ਦੂਜਾ ਗਾਵਾਂ ਵਰਗਾ ਹਵਾਨਾ। ਮੈਂ ਸੁਬਾ ਵੀਡੀਓ ਬਣਾ ਰਿਹਾ ਅਤੇ ਹਜੇ ਚਵਾਈ ਹੋਣੀ ਹੈ। ਸਿੰਘ ਇਹਦਾ ਜਿਹੜਾ ਉਹ ਦੱਸੋ ਕੁੰਡਾ, ਬਾਕੀ ਹਵਾਨਾ ਇਹਦਾ ਗਾਵਾਂ ਵਾਂਗੂ ਤਣਿਆ ਪਿਆ ਕਰਮਾਲੀ ਦਾ, ਦੋਨੇ ਪਾਸੇ ਨਾੜਾਂ ਚੰਗੀਆਂ ਦਿਸਦੀਆਂ ਹਵਾਨੇ 'ਤੇ। ਬਾਕੀ ਆਪਾਂ ਮਿਲਕਿੰਗ ਜਿਹੜੀ ਉਹ ਜਾਂ ਤਾਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਦੂੰਗਾ, ਪਰ ਉਹ ਇੱਕ ਆਈਡੀਆ ਹੀ ਹੁੰਦਾ ਵੀ ਪਸ਼ੂ ਦੇ ਥਣਾਂ 'ਚੋਂ ਧਾਰ ਕਿੱਦਾਂ ਦੀ ਆਉਂਦੀ ਹੈ, ਦੁੱਧ ਤੁਸੀਂ ਚੋ ਕੇ ਦੇਖਣਾ ਹੁੰਦਾ। ਕੱਟੀ ਨੂੰ ਇਹਨੇ ਜਨਮ ਦਿੱਤਾ, ਬਾਕੀ ਤੁਹਾਨੂੰ ਫੇਰ ਦਿਖਾਉਣੇ ਹੈ। ਸੋ ਦੱਸੋ, ਬੰਨਦੇ ਬਾਈ ਬਲਿੰਦਰ? ਸੋ ਦੱਸੋ ਇਹ ਥੋੜ੍ਹਾ ਜਿਹਾ, ਚਲ ਤੋਰ ਲਾ ਫਿਰ, ਥੋੜ੍ਹਾ ਭੱਜਦੀ ਹੈ। ਅੱਛਾ, ਸੋ ਦੱਸੋ ਸਾਈਡ ਤੋਂ ਹਵਾਨਾ ਦੇਖੋ, ਨਾੜਾਂ ਬਹੁਤ ਸੋਹਣੀਆਂ ਹਵਾਨੇ ਦੇ ਉੱਤੇ ਦੋਨੇ ਪਾਸੇ, ਪਤਲੀ ਬਿਲਕੁਲ ਪੂਛ ਹੈ ਅਤੇ ਜੈੱਡ ਬਲੈਕ ਹੈ। ਲਿਆ ਬੱਚੇ ਦੀ ਖਿੱਚ, ਤਾਜ਼ਾ ਸੂਆ ਪਸ਼ੂ ਫਿਰ ਕਰਦਾ ਰਹਿੰਦਾ। ਬਾਕੀ ਜਦੋਂ ਦੂਜਾ ਸੂਆ ਮੱਝ ਹੈ, ਚਵਾਈ ਹੋਣ ਵਾਲੀ ਹੈ, ਅਤੇ ਇਹਨੂੰ ਵੀ ਇਹ ਹੈ ਵੀ ਬੱਚੇ ਕੋਲ ਜਾ ਕੇ ਜਿਹੜਾ ਉਹ ਦੁੱਧ ਉਹਨੂੰ ਪਿਆਇਆ ਜਾਵੇ। ਇੱਧਰੋਂ ਤੁਸੀਂ ਇਹਦੇ ਹਵਾਨੇ ਦੇ ਉੱਤੇ ਨਾੜਾਂ ਦੇਖੋਗੇ। ਬਲਿੰਦਰ, ਪੂਛ ਫੜੀ ਬਈ ਮੜੀ?
ਇਸ ਸਾਈਡ ਤੋਂ ਤੁਸੀਂ ਇਹਦਾ ਥਣ ਹਵਾਨਾ ਦੇਖ ਸਕਦੇ ਹੋ, ਪੂਰਾ ਤਣਿਆ ਹੋਇਆ ਹਵਾਨਾ, ਦੱਸੋ ਗਾਵਾਂ ਨੂੰ ਛੱਡ ਦੇ ਪਈ। ਸੋ ਇਹ ਪਹਿਲੇ ਨੰਬਰ 'ਤੇ ਇਹਦਾ ਰੇਟ 86,000 ਹੈ, ਇੱਕ ਬੂਰੀ ਤੁਹਾਨੂੰ ਦਿਖਾਉਂਦੇ ਹਾਂ। ਬਲਿੰਦਰ ਕਿੰਨਵਾਂ ਸੂਆ ਹੋਊ ਇਹ? ਬਾਈ ਤੀਜੇ ਸੂਏ ਸੂਈ ਆ ਜਗਜੀਤ, ਠੀਕ ਹੈ। ਅੱਜ ਇਹ 3-4 ਕੁ ਦਿਨ ਦੀ ਸੂਈ ਵੀ ਆ, ਇਹਦੇ ਥੱਲੇ 12 ਕਿਲੋ ਤੋਂ ਬਾਹਰ ਬਾਹਰ ਬੋਲਾ ਤਿਆਰ ਹੋਊ, 12 ਮੰਨ ਕੇ ਲੈ ਜਾਏ ਚਾਹੇ 2 ਟਾਈਮ ਚੋ ਲੈਵੇ ਕੋਈ, ਠੀਕ ਹੈ। ਹਾਂ, ਇਹਦਾ ਰੇਟ ਕੀ ਰਹਿਣਾ? ਰੇਟ ਬਾਈ ਇਹ 1.35 ਦੀ ਦੇਵਾਂਗੇ। ਖੋਲ ਲੈਣ ਬੱਚਾ ਉਹ ਜਿਹੀ ਦੇ ਦਿੰਦੀ ਹੈ ਜਿਹੜਾ ਸੀਮਨ ਲਵਾ ਦੇ, ਬੂਰੀ ਕੱਟੀ ਵੀ ਉਹਨਾਂ ਕੋਲੇ, ਨੀਲੀ ਰਾਵੀ ਦੀ ਵੀ ਹੈਗੀ ਆ, ਇੱਕ ਹੀ ਮੋਹਰਾ ਦਾ ਲੱਗਿਆ ਵਾ ਸੀਗਾ, ਉਹ ਜਿਹੀ ਬੱਚਾ ਦੇ ਦਿੰਦੀ ਹੈ ਜਿਹੋ ਜਿਹਾ ਸੀਮਨ ਲਵਾ ਦੇ। ਖੋਲ। ਸੋ ਦੋਸਤੋ ਤੀਜਾ ਸੂਆ, 3 ਕੁ ਦਿਨ ਹੋਏ ਸੂਈ ਨੂੰ, ਇਹ ਤੁਹਾਨੂੰ ਮੇਰੇ ਖਿਆਲ 'ਚ ਹੋ ਸਕਦਾ ਉੱਦਣ ਦੀ ਵੀਡੀਓ ਵੀ ਹੋਵੇ, ਵੈਸੇ ਮੈਨੂੰ ਬਾਈ ਦੀ ਕਾਲ ਵੀ ਉਸ ਦਿਨ ਆਈ ਸੀਗੀ ਜਿੱਦਣ ਇਹ ਸੂਈ ਹੈ। ਓਕੇ, ਸੋ ਤੁਸੀਂ ਇਹਦਾ ਹਵਾਨਾ ਦੇਖੋ, ਅਗਲੇ ਪਾਸੇ ਦਾ ਹਵਾਨਾ ਜ਼ਿਆਦਾ, ਵੈਸੇ ਤੁਰਦੀ ਤੋਂ ਪਿੱਛੋਂ ਦੀ ਵੀ ਹਵਾਨਾ ਚੰਗਾ ਦਿਸਦਾ, ਪਰ ਜ਼ਿਆਦਾ ਹਵਾਨਾ ਅੱਗੋਂ ਦਾ ਹੈ, ਅਗਲੇ ਪਾਸੇ ਦੀ ਤੱਕ ਜ਼ਿਆਦਾ। ਢਾਂਚਾ ਬਹੁਤ ਖੁੱਲ੍ਹਾ ਡੁੱਲਾ, ਦੱਸੋ ਕਾਫ਼ੀ ਚੌੜੀ ਵਜਨ ਵਾਲੀ ਮੱਝ ਹੈ ਬੱਚੇ। ਇਹਦੇ ਤੋਂ ਤੁਸੀਂ ਜੇ ਕੋਈ ਵੀਰ ਦੇ ਘਰ ਦਾ ਅਣਜਲ ਹੁੰਦਾ ਆਪਣੀ ਵੀਡੀਓ ਦੇ ਮਾਧਿਅਮ ਨਾਲ, ਤਾਂ ਜ਼ਰੂਰ ਨੀਲੀ ਰਾਵੀ ਸੀਮਨ ਭਰਾਉਂਦੇ ਰਹੋ, ਤੁਹਾਡੇ ਕੋਲ ਵਧੀਆ ਰਵਾ ਤਿਆਰ ਹੋ ਜਾਣਾ ਨੀਲੀ ਰਾਵੀ ਦਾ। ਇਹਦਾ ਸਟਰਕਚਰ ਇੱਦਾਂ ਦਾ ਹੈ, ਸਿੰਗ ਇਹ ਵੀ ਕੁੰਡਿਆਂ ਦੀ ਹੈ, ਸਭੀ ਚੰਗੀ ਹੈ ਦੋਸਤੋ, ਅਤੇ ਬਾਕੀ ਅਗਾੜੀ ਬਹੁਤ ਸੋਹਣੀ ਹੈ ਇਸ ਮੱਝ ਦੀ, ਪਿੱਛੋਂ ਵੀ ਹਵਾਨਾ ਤੁਸੀਂ ਦੇਖੋਗੇ ਵੈਸੇ ਚੰਗਾ ਦਿਸਦਾ। ਬਾਕੀ ਬਾਈ ਇਹ ਸੀਵੀ ਠੰਡੀ ਬਹੁਤ ਆ, ਚਾਹੇ ਉਹਨੂੰ ਦਸਾਂ ਦਿਨਾਂ ਦੇ ਬੱਚਾ ਪਾਸੇ ਕਰਕੇ ਧਾਰ ਦੇ ਕੇ ਬਹਿ ਜਾ। ਅੱਛਾ, ਨਾ ਕੋਈ ਚਾਟ ਭਾਲੂ ਜਾਂ ਬੱਚਾ ਭਾਲੂ, ਠੀਕ ਹੈ, ਖੜਾ ਕੇ ਮਰਜ਼ੀ ਤੋਂ। ਸੋ ਇਸੇ ਤਰ੍ਹਾਂ ਹੀ ਬਾਈ ਕਹਿੰਦਾ, ਭਾਵੇਂ ਬਿਨਾਂ ਬੱਚੇ ਤੋਂ 5-7 ਦਿਨਾਂ ਤੋਂ 10 ਦਿਨਾਂ ਤੋਂ ਚੋਣ ਲੱਗ ਪਿਓ, ਇਕੱਲੀ ਧਾਰ ਦੇ ਕੇ ਇਹਨੂੰ ਚੋ ਸਕਦੇ ਹੋ ਤੁਸੀਂ। ਇਹਦਾ ਹਵਾਨਾ ਅੱਗੋਂ ਵੀ ਚੰਗਾ ਦੱਸੋ, ਬਾਕੀ ਪਛਾਣ ਦੀ ਹਵਾਨਾ ਜਿੰਨਾ ਕੁ ਦਿਖਾਵਾ ਉਹ ਤੁਹਾਨੂੰ ਮੈਂ ਪਹਿਲਾਂ ਦਿਖਾਤਾ। ਬਲਿੰਦਰ ਪੂਛ ਪੜੀ ਬਾਈ। ਸੋ ਇਹ ਰੁੱਖ ਹੈ ਦੋਸਤੋ ਹਵਾਨੇ ਦਾ, ਇਹ ਵੀ ਹਵਾਨਾ ਜੋਸ਼ ਵਾਲਾ ਹੈ, ਮਤਲਬ ਉਵੇਂ ਢਿੱਲਾ ਹਵਾਨਾ ਨਹੀਂ, ਅਤੇ ਨਾੜਾਂ ਵੀ ਇਸ ਸਾਈਡ 'ਤੇ ਤੁਹਾਨੂੰ ਹੁਣ ਦਿਸਦੀਆਂ ਹੋਣਗੀਆਂ। ਇੱਦਾਂ ਬਾਈ ਮੈਂ ਹੈ ਹੀ ਤਾਜ਼ੀ, 5-7 ਦਿਨਾਂ ਨੂੰ ਦੁੱਧ ਆ ਕੇ ਤਾਂ ਡਿਜ਼ਾਇਨ ਹੋਰ ਹੀ ਕੁਛ ਹੋਊਗਾ, ਠੀਕ ਹੈ। ਸੋ ਆਪਾਂ ਇਹਨਾਂ ਦੇ ਬੱਚੇ ਵੀ ਛੱਡ ਲੈਣੇ ਆ, ਅਤੇ ਤੁਹਾਨੂੰ ਇਹਨਾਂ ਦੀਆਂ ਧਾਰਾਂ ਵੀ ਦਿਖਾ ਦੇਣੀਆਂ। ਬੱਚੇ ਦੋਨਾਂ ਮੱਝਾਂ ਨਾਲ ਹੀ ਛੱਡ ਲਏ ਆ ਦੋਸਤੋ, ਅਤੇ ਛੇਤੀ ਆਪਾਂ ਤੁਹਾਨੂੰ ਧਾਰਾਂ ਵੀ ਦਿਖਾ ਦਿਆਂਗੇ ਕਿੱਦਾਂ ਦੀਆਂ ਆਉਂਦੀਆਂ ਥਣਾਂ 'ਚੋਂ। ਦੁੱਧ ਬਾਲਟੀਆਂ 'ਚ ਵੀ ਪੈਂਦਾ ਦਿਖਾ ਹੀ ਦੇਣਾ, ਪਰ ਮੈਂ ਦੁਬਾਰਾ ਫਿਰ ਬੇਨਤੀ ਕਰ ਦਿੰਦਾ ਵੀ ਤੁਸੀਂ ਉਹ ਬਾਲਟੀਆਂ ਤੋਂ ਇਹ ਕਹੋ ਵੀ ਜਗਜੀਤ ਨੇ ਲਾਈਵ ਦਿਖਾਤੀਆਂ ਸੀ, ਤਾਂ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ, ਤੁਸੀਂ ਆਪ ਹਿੰਮਤ ਕਰ ਸਕਦੇ ਹੋ ਨੇ ਚੋਣ ਦੀ। ਪਸਮਾ ਦੋਸਤੋ ਕੰਪਲੀਟ ਹੈ, ਪਹਿਲਾਂ ਬੂਰੀ ਦਾ ਪਸਮਾ ਦੇਖਦੇ ਹਾਂ ਆਪਾਂ ਕਿੱਦਾਂ ਦਾ ਕੀਤਾ ਇਹਨੇ। ਇਹ ਇਹਦਾ ਥਣ ਦਾ ਸਾਈਜ਼ ਆ, ਦੁੱਧ ਵਾਲੀ ਮੱਝ ਦਾ ਦੋਸਤੋ ਥਣਾਂ 'ਤੇ ਅੰਦਾਜ਼ਾ ਹੋਣਾ ਹੁੰਦਾ, ਲਗਭਗ ਇੱਕੋ ਜਿਹੀ ਥਾਂ ਰੱਖਿਆ, ਜਿਸ ਕਾਰਨ ਧਾਰਾਂ ਮਾਰੀ ਦਿੰਦੇ ਮੈਨੇ ਇੱਧਰ ਨੂੰ ਜਾ ਬਾ, ਕੋਈ ਨਹੀਂ ਕੋਈ ਸਹੀ ਹੈ। ਅਗਲੇ ਥਾਣਾਂ 'ਚੋਂ ਧਾਰਾਂ ਪੋਲੀ ਧਾਰ ਆ ਦੋਸਤੋ, ਬਿਲਕੁਲ ਨਰਮ ਚਵਾਈ, ਪਿਛਲੇ ਥਾਣਾਂ 'ਚੋਂ ਮਾਰੀ। ਇਹ ਪਿਛਲੇ ਥਾਣਾਂ 'ਚੋਂ ਧਾਰਾਂ ਇੱਧਰੋਂ ਬਹੁਤ ਸੋਹਣੀਆਂ ਦਿਸਦੀਆਂ। ਜਿਹੜੀ ਦੂਜੀ ਮੱਝ ਹੈ ਦੋਸਤੋ ਪਸਮਾ, ਇਹਦਾ ਵੀ ਕੰਪਲੀਟ ਹੈ, ਪਰ ਥੋੜ੍ਹਾ ਜਿਹਾ ਬਹਿਣੀ ਵਾਲੇ ਪਾਸੇ ਦਾ ਪਿਛਲਾ ਥਾਣੇ ਨੇ ਪਸਮਾ ਦੇ ਵਿੱਚ ਮੋਟਾ ਰੱਖਿਆ। ਬਲਿੰਦਰ ਥੋੜਾ ਜਿਹਾ ਥਾਣੇ ਇਧਰਲਾ ਬਹਿਣੀ ਵਾਲਾ ਮੋਟਾ ਪਰਲੇ, ਜਿਹੜੇ ਥਾਣਾ ਨਾ ਉਹ ਦੋਨੇ ਮਾੜੇ ਮਾੜੇ ਪਤਲੇ ਆ ਗਏ, ਕਾਰਨ ਪਹਿਲੇ ਸੂਏ ਔਰਲੇ ਥਾਣ ਉਹ ਬੰਦੇ ਬੱਚੇ ਨੂੰ ਚੰਗਾ ਦਿੰਦੇ ਸੀ, ਆਪਾਂ ਵੀ ਇਹ ਗੱਲ ਪੁੱਛ ਕੇ ਲਈ ਆ, ਉਦਣ ਸੂਈ ਹੋਈ ਸੀਗੀ ਝੋਟੀ, ਤੇ ਬਾਹਰਲੇ ਥਾਣ ਉਹ ਚੋ ਲੈਂਦੇ ਉਹਨਾਂ, ਤਾਂ ਕਰਕੇ ਮਾੜਾ ਜਿਹਾ ਬਨਾਵਟ ਦਾ ਫਰਕ ਆ, ਉਹ ਘੱਟ ਵੱਧ ਨੀ, ਅਗਲੇ ਦੇ ਘਰ ਤੱਕ ਦੀ ਵੀ ਗਰੰਟੀ ਆ ਜੀ, ਥਾਣ ਚੋਂ ਧਾਰ ਵੀ ਘੱਟ ਜਾਵੇ। ਓਕੇ ਠੀਕ ਹੈ, ਮਾਰ ਦੇ ਸਾਰਾ। ਸੋ ਦੋਸਤੋ ਥੋੜ੍ਹੇ ਜਿਹੇ ਥਾਣਾਂ ਦੇ ਤਾਂ ਮਤਲਬ ਸਾਈਜ਼ ਦਾ ਫਰਕ ਆ, ਪਰ ਧਾਰ ਬਿਲਕੁਲ ਬਰਾਬਰ ਆ, ਦੁੱਧ ਬਰਾਬਰ ਆ, ਠੀਕ ਹੈ ਬਾਈ। ਪਿਛਲੇ ਥਾਣਾਂ 'ਚੋਂ ਮਾਰੀ ਧਾਰ, ਦੋਨੇ ਮੱਝਾਂ ਨੇੜ ਹੈ ਅਤੇ ਬੂਰੀ ਇਹਦੀਆਂ ਧਾਰਾਂ ਨਹੀਂ, ਇਹ ਪਿਛਲੇ ਥਾਣਾਂ ਚਵਾਈ ਬਹੁਤ ਸੋਹਣੀ ਦਿਸਦੀ ਹੈ ਦੋਸਤੋ ਦੋਨਾਂ ਥਾਣਾਂ 'ਚੋਂ। ਬਲਿੰਦਰ ਛੱਡੀ ਮਾੜੇ ਥਾਂ ਬਾਈ। ਸੋ ਇਹ ਦੋਸਤੋ ਦੇਖ ਲਓ ਤੁਸੀਂ,
ਧਾਰਾਂ ਬਿਲਕੁਲ ਬਰਾਬਰ ਦੀਆਂ ਹੋਣਗੀਆਂ ਤੇ ਘਰ ਤੱਕ ਦੀ ਬਾਈ ਕਹਿੰਦਾ ਇਸ ਪੱਖ ਤੋਂ ਗਰੰਟੀ ਰਹੂਗੀ। ਸਹੀ, ਸੋ ਬਾਕੀ ਤੁਸੀਂ ਚੋ ਕੇ ਦੇਖ ਲਓਗੇ। ਤੇ ਇਧਰਲੀ ਤਾਂ ਇਹਦਾ ਕਰਮ ਵਾਲੀ ਤੁਸੀਂ ਦੇਖੋ, ਗੰਨੇ ਵਾਂਗੂ ਧਾਰ ਬੁਰੀ ਮੱਝ ਦੀ ਤੇ ਬਾਲਟੀ ਕਰਮ ਵਾਲੀ ਨੇ ਨੇੜ ਕਰ ਦੇਣੀ ਹੈ। ਸਹੀ ਹੈ, ਸੋ ਇਕੱਲੀ ਅਗਾੜੀ ਚੋ ਰਿਹਾ ਬਾਈ, ਪਿਛਲੇ ਥਣਾਂ ਚੋਂ ਹਜੇ ਦੁੱਧ ਚੋਣ ਵਾਲਾ। ਦੇਖਦੇ ਹਾਂ ਬਾਲਟੀਆਂ ਕਿੰਨੀਆਂ ਕੁ ਨੇੜ ਇਹ ਮੱਝਾਂ ਕਰਦੀਆਂ। ਬੂਰੀ ਦੀ ਬਾਲਟੀ ਤਾਂ ਕਰਮ ਵਾਲੀ ਦੀ ਉੱਤੋਂ ਦੀ ਹੋਣ ਲੱਗ ਗਈ, ਜਿਸ ਕਾਰਨ ਮੇਰੇ ਹਿਸਾਬ 'ਚ ਤਾਂ ਬੱਚਾ ਛੱਡ ਦੇ ਬਾਈ, ਛੱਡੀ ਥਣ ਦਿਖਾ ਦੇਗੀ ਬਾਈ। ਸੋ ਦੋਸਤੋ ਇੱਦਾਂ ਦੇ ਥਣ ਅਤੇ ਥਣਾਂ 'ਚ ਜੇ ਦੁੱਧ ਹੈਗਾ ਬਾਲਟੀ ਇਹਨੇ ਕਰਤੀ ਉੱਤੋਂ ਦੀ। ਸੋ ਦੂਜੀ ਮੱਝ ਚੋ ਰਿਹਾ ਬਾਈ, ਸੋ ਇਹ ਬਿਲਕੁਲ ਵਾਕਈ ਦੱਸੋ ਤਾਜ਼ੀ ਸੂਈ ਵੀ ਮੱਝ ਹੈ ਇਹ। ਜਿੱਦਣ ਸੂਈ ਉੱਦਣ ਵੀ ਫੋਨ ਬਾਈ ਹੋਰਾਂ ਦਾ ਮੈਨੂੰ ਆਏ ਸੀ। ਸਹੀ, ਸੋ ਦੱਸੋ ਬਾਲਟੀ ਦੂਜੀ ਮੱਝ ਦੀ ਵੀ ਨੇੜ ਹੈ, ਉਹ ਵੀ ਤੁਸੀਂ ਦੇਖ ਸਕਦੇ। ਸੋ ਅੱਜ ਦੀ ਵੀਡੀਓ ਦੇ ਇਹ ਦੋ ਨਗ ਵਿਕਾਊ ਸੀ ਅਤੇ ਦੋਨੇ ਤੁਹਾਨੂੰ ਦਿਖਾਤੇ ਹੈ। ਨੰਬਰ ਜਿਹੜਾ ਉਹ ਬਾਈ ਦਾ ਦੱਸੋ ਸਕਰੀਨ ਉੱਤੇ ਚੱਲੀ ਜਾਂਦਾ, ਇਸ 'ਤੇ ਕਾਲ ਕਰਨੀ ਹੈ। ਬੂਰੀ ਖਰੀਦਣੀ ਚਾਹੁੰਦੇ ਹਾਂ ਤਾਂ ਵੀ ਸੰਪਰਕ ਕਰ ਸਕਦੇ ਹੋ, ਅਤੇ ਜੇ ਮੁਰਾ ਖਰੀਦਣੀ ਹੈ ਤਾਂ ਜੈੱਡ ਬਲੈਕ ਖੜ੍ਹੀ ਹੈ। ਦੋ ਟਾਈਮ ਚੋ ਲਿਓ, ਤਸੱਲੀ ਕਰ ਲਿਓ, ਨੰਬਰ ਸਕਰੀਨ ਉੱਤੇ ਹੈ। ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਲਈ।